ਹਾਂਜੀ ਬਾਈ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਸਲਾਮ ਵਾਲੇਕਮ। ਕੀ ਹਾਲ ਚਾਲ ਆ ਦੋਸਤੋ, ਸੈੱਟ ਹੋ ਅਤੇ ਲਓ ਵੇ ਮੁੰਡਿਓ, ਅੱਜ ਵਾਲਾ ਦਿਨ ਬਹੁਤ ਹੀ ਖਾਸ ਆ ਬਾਈ ਆਪਣੇ ਲਈ। ਤੁਸੀਂ ਵੀ ਸੋਚਦੇ ਹੋਵੋਗੇ ਬਾਈ, ਜੌਨ ਡੀਅਰ ਟਰੈਕਟਰ ਤੁਸੀਂ ਸਰਪੰਚ ਦਾ ਟਰੈਕਟਰ ਪਹਾੜ ਦੇ ਉੱਤੇ ਲੈ ਕੇ ਆਏ ਆ, ਇਹਦਾ ਰੀਜ਼ਨ ਕੀ ਆ ਬਾਈ? ਮੈਂ ਆ ਇੰਜਨ ਜਿਹਾ ਛੱਡਣ ਆਇਆ ਸੀ ਇੱਥੇ, ਕਿਉਂਕਿ ਇੱਥੇ ਨਾ ਇਹਨਾਂ ਨੇ ਮੋਟਰ ਮੋਟਰ ਲਾ ਕੇ ਆ ਪੱਥਰ ਪੁੱਥਰ ਵੱਢ ਰਹੇ ਆ, ਸੋ ਵੱਡੀਆਂ ਮਸ਼ੀਨਾਂ ਮਤਲਬ ਲੈ ਕੇ ਆਉਣਗੇ ਹੁਣ। ਅਤੇ ਇੱਕ ਆਹ ਚੀਜ਼ ਚੈੱਕ ਕਰੋ ਏ ਬਾਈ 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 ਮੁੰਡਿਓ, ਆਪਣੇ ਡਰਾਈਵਰ ਜੱਟ 'ਚ ਕੋਈ ਤਬਦੀਲੀ ਨਹੀਂ ਲੱਗਦੀ ਤੁਹਾਨੂੰ ਬਾਈ? ਇਹ ਤੁਹਾਨੂੰ ਮੇਰੇ ਵਰਗਾ ਨਹੀਂ ਲੱਗਦਾ ਪਿਆ? ਥੋੜ੍ਹਾ ਜਿਹਾ ਦੱਸੋ ਮੇਰੇ ਬਾਈ, ਕਿਉਂ ਨਹੀਂ ਬਾਈ ਯਾਰ ਡੱਬੀ ਵਾਲਾ ਪਰਨਾ ਬੰਨੇ ਆਪਣੇ ਡਰਾਈਵਰ ਜੱਟ ਨੇ ਮੁੰਡਿਓ, ਡੱਬੀ ਵਾਲਾ ਪਰਨਾ ਬਾਈ, ਬੱਲੇ ਬੱਲੇ ਯਾਰ ਮੁੰਡਿਓ। ਬੜੇ ਟਾਈਮ ਤੋਂ ਮੈਨੂੰ ਇੰਤਜ਼ਾਰ ਸੀਗਾ ਕਿ ਆ ਆਪਣਾ ਡਰਾਈਵਰ ਜੱਟ ਬਾਈ ਡੱਬੀ ਵਾਲਾ ਪਰਨਾ ਬੰਨੇ, ਅਤੇ ਮੁੰਡਿਓ ਫਾਈਨਲੀ ਉਹ ਟਾਈਮ ਆ ਚੁੱਕਾ ਜਦੋਂ ਆਪਣਾ ਡਰਾਈਵਰ ਜੱਟ ਬਾਈ ਡੱਬੀ ਵਾਲਾ ਪਰਨਾ ਸਪੈਸ਼ਲ ਪਰਨਾ, ਦੇਖੋ ਤੁਸੀਂ ਯਾਰ, ਮੈਨੂੰ ਸਮਝ ਨਹੀਂ ਲੱਗਦੀ ਕੀ ਕਹਾਂ ਮੁੰਡਾ, ਕਿੱਦਾਂ ਲੱਗਿਆ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ। ਹੁਣ ਡਰਾਈਵਰ ਜੱਟ ਬਾਈ ਤੁਸੀਂ ਕਹਿ ਸਕਦੇ ਹਾਂ ਬਰਾੜ ਟੀ ਵੀ ਨਾਲ ਹਿੱਸਾ ਪਾ ਲਿਆ ਡਰਾਈਵਰ ਜੱਟ ਨੇ ਬਾਈ, ਅਤੇ ਇੱਕ ਪਾਸੇ ਆਪਣਾ ਪਰਨਾ ਅਤੇ ਦੂਜੇ ਪਾਸੇ ਬਾਈ ਆਪਣਾ ਡਰਾਈਵਰ ਜੱਟ ਦਾ ਪਰਨਾ। ਬਹੁਤ ਸੋਹਣਾ ਯਾਰ, ਬਹੁਤ ਸੋਹਣਾ ਬਾਈ ਯਾਰ, ਬਹੁਤ ਜ਼ਿਆਦਾ ਹੀ ਵਧੀਆ ਬਾਈ। ਅਤੇ ਮੁੰਡਾ ਤੁਸੀਂ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣੇ ਡਰਾਈਵਰ ਜੱਟ ਦਾ ਪਰਨਾ, ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਤੁਹਾਨੂੰ ਕਿੱਦਾਂ ਦਾ ਲੱਗਿਆ ਆਪਣਾ ਪਰਨਾ। ਅਤੇ ਬਾਈ ਅੱਜ ਦਾ ਤੁਹਾਨੂੰ ਮੇਨ ਕੰਮ ਮੈਂ ਦੱਸਿਆ ਨਹੀਂ ਹਜੇ ਬਾਈ, ਆਹ ਟਰੈਕਟਰ ਮੈਂ ਤਾਂ ਇੱਥੇ ਚਲੋ ਆ ਇੰਜਨ ਛੱਡਣ ਆਇਆ ਸੀ, ਅਤੇ ਹੁਣ ਜਿਹੜੀ ਚੀਜ਼ ਆਪਾਂ ਲੈਣ ਜਾਣੀ ਆ ਬਾਈ ਉਹ ਮਤਲਬ ਤੁਸੀਂ ਦੇਖਦੇ ਰਹਿ ਜਾਓਗੇ, ਤੁਹਾਨੂੰ ਵੀ ਪਤਾ ਆਪਾਂ ਸ਼ੋਅਰੂਮ ਲਿਆ ਸੀ ਹੈ ਨਾ, ਅਤੇ ਜਿਹਨੇ ਉਹ ਸ਼ੋਅਰੂਮ ਵਾਲੀ ਵੀਡੀਓ ਨਹੀਂ ਦੇਖੀ ਬਾਈ ਦੇਖੋ ਯਾਰ ਕੀ ਕਰਦੇ ਪਏ ਹਾਂ ਬਾਈ। ਗਾਈਸ ਆਹ ਟਰੈਕਟਰ ਦੀ ਮੈਨੂੰ ਲੋੜ ਪੈਣੀ ਆ ਅੱਜ, ਕਿਉਂਕਿ ਮੁੰਡੇ ਇੱਕ ਬਾਈ ਨੇ ਆਪਣਾ ਨੂੰ ਇੰਨਾ ਸੋਹਣਾ ਟਰੈਕਟਰ ਮੋਡੀਫਾਈ ਕਰਕੇ ਭੇਜਿਆ ਨਾ ਆਪਣਾ 61, ਮੈਂ ਕਿਹਾ ਤੁਸੀਂ ਦੇਖਦੇ ਰਹਿ ਜਾਓਗੇ ਬਾਈ ਉਹ ਤੁਹਾਡੀ ਨੂੰ। ਬਾਈ ਰੁਕੋ ਰੁਕੋ ਰੁਕੋ, ਇੱਕ ਪਾਸੇ ਆਪਣਾ ਡਰਾਈਵਰ ਜੱਟ ਬਾਈ ਡੱਬੀ ਵਾਲੇ ਪਰਨੇ ਵਾਲਾ, ਅਤੇ ਦੂਜੇ ਪਾਸੇ ਆਪਣਾ 61 ਹੋਊਗਾ ਨਾ, ਮੈਂ ਕਿਹਾ ਮਾਸ਼ਾ ਅੱਲਾ ਕੰਮ ਆ ਬਾਈ। ਅਤੇ ਉਹ ਬਾਈ ਨੇ ਕਿਹਾ ਟਰਾਲੀ 'ਚ ਮਤਲਬ ਰੈਡੀ ਕੀਤਾ ਪਿਆ ਤੇਰਾ 61 ਬਾਈ, ਅਤੇ ਆਹ ਵੱਡਾ ਟਰੈਕਟਰ ਆਪਣੇ ਕੋਲ ਹੈਗਾ, ਇੱਥੋਂ ਟਰਾਲੀ ਚੱਕਣੀ ਆ, ਜੇ ਟਰਾਲੀ 'ਚ ਟਰੈਕਟਰ ਹੋਇਆ ਸਹੀ ਆ, ਨਹੀਂ ਤਾਂ ਫਿਰ ਆਪਾਂ ਤੋੜ ਕੇ ਲੈ ਜਾਵਾਂਗੇ, ਅਤੇ ਬਾਕੀ ਫਿਰ ਉਹ ਟਰੈਕਟਰ ਨੂੰ ਆਪਾਂ ਲੈ ਕੇ ਜਾਣਾ ਮੁੰਡੇ। ਕਿੱਥੇ ਦੱਸੋ ਮੈਨੂੰ ਮੇਰੇ ਬਾਈ, ਉਹ ਤੁਹਾਡੀ ਚੀਤਾ ਫਿਰਦਾ ਅੱਗੇ, ਓਏ ਦੇਖਦਾ ਤੁਹਾਨੂੰ ਮਾੜਾ, ਤੁਹਾਨੂੰ ਵਧੀਆ ਕੈਮਰੇ 'ਚ ਦਿਖਾਉਣਾ, ਆਹ ਦੇਖੋ ਬਾਈ। ਓਏ ਹੋਏ ਯਾਰ ਆਹ ਵੀ ਟਰੈਕਟਰ ਬਾਈ ਝੋਟਾ ਹੀ ਆ ਯਾਰ, ਜੌਨ ਡੀਅਰ ਕਿਹੜਾ ਕਿਹੜਾ ਬਾਈ, ਜੌਨ ਡੀਅਰ ਆ ਵੱਡੇ ਟਰੈਕਟਰ ਦਾ ਫੈਨ ਆ ਮੈਨੂੰ ਦੱਸਿਓ ਯਾਰ। ਅਤੇ ਆਪਣੇ ਅੱਗੇ ਚੀਤਾ ਭੱਜਦਾ ਪਿਆ ਬਾਈ ਜਿੱਦਾਂ ਤੁਸੀਂ ਦੇਖ ਸਕਦੇ ਆ, ਪਰ ਬਾਈ ਉਹ ਟਰੈਕਟਰ ਜਿਹੜਾ ਹੈਗਾ ਨਾ, ਮੈਂ ਕਿਹਾ ਤੁਸੀਂ ਦੇਖਦੇ ਹੀ ਰਹਿ ਜਾਓਗੇ ਮੁੰਡੇ, ਇੰਨਾ ਸੋਹਣਾ ਬਾਈ ਨੇ ਮੋਡੀਫਾਈ ਕਰਕੇ ਦਿੱਤਾ ਨਾ। ਓਏ ਤੁਹਾਡੀ ਮਾਰਤਾ ਹੀ ਚੀਤਾ ਬਾਈ। ਚਲੋ ਬਾਈ ਹੁਣ ਬਾਈ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ, ਸਭ ਤੋਂ ਪਹਿਲਾਂ ਆਪਾਂ ਆਪਣੇ ਟਰੈਕਟਰ ਨੂੰ ਬਾਈ ਇੱਥੋਂ ਲਾਈਏ ਪਹਾੜ ਤੋਂ, ਕਿਉਂਕਿ ਵੈਦਰ ਚੈੱਕ ਕਰੋ ਬਾਈ ਓਏ, ਜੇ ਤੁਹਾਨੂੰ ਦਿਖਦਾ ਪਿਆ ਆਪਾਂ ਉੱਧਰ ਜਾਣਾ ਸਿਟੀ 'ਚ ਬਾਈ। ਸੋ ਗਾਈਸ ਜਿੰਨੇ ਵੀ ਮੇਰੇ ਬਾਈ ਆਏ ਆ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਓ, ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਪਿਆਰਾ ਜਿਹਾ ਕਮੈਂਟ ਕਰਕੇ ਆਪਣੇ ਨਾਂ ਤੋਂ। ਅਤੇ ਬਾਕੀ ਹੁਣ ਆਪਾਂ ਜਾਂਦੇ ਆ ਟਰੈਕਟਰ 'ਚ, ਤੇਲ ਤਾਂ ਵਾਧੂ ਆਪਣੇ 'ਚ, ਅਤੇ ਬਾਈ ਆਪਣੇ ਡਰਾਈਵਰ ਜੱਟ ਦਾ ਪਰਨਾ ਮੇਰੇ ਬਾਈ ਜ਼ਰੂਰ ਦੱਸ ਦਿਓ ਮੁੰਡੇ, ਤੁਹਾਡੀ ਨੂੰ ਅੰਦਰੋਂ ਦਿਖਣ ਲਾਉਂਦਾ ਮੈਂ ਆਪਣੇ ਡਰਾਈਵਰ ਜੱਟ ਦਾ ਬਾਈ ਪਰਨੇ, ਅਤੇ ਕਮੈਂਟ ਜ਼ਰੂਰ ਕਰ ਦਿਓ ਮੇਰੇ ਬਾਈ। ਅਤੇ ਥੈਂਕ ਯੂ ਮੇਰੇ ਬਾਈ ਜਿਨ੍ਹਾਂ ਨੇ ਆਪਣਿਆਂ ਨੂੰ ਹਰਿੰਦਰ ਬਾਈ ਦਾ ਅਤੇ ਸਿੰਘ ਬੋਏ ਗੇਮਿੰਗ ਦਾ ਜਿਹਨੇ ਆ ਮੈਨੂੰ ਪਰਨਾ, ਮੈਂ ਮਾੜਾ ਕਿਹਾ ਹੀ ਸੀ ਬਾਈ ਉਹਨਾਂ ਨੂੰ ਆਈਡੀਆ ਹੀ ਦਿੱਤਾ ਸੀ, ਅਤੇ ਬਾਈ ਉਹਨਾਂ ਨੇ ਮਿੰਟ ਨਹੀਂ ਲਾਇਆ ਬਾਈ ਉਹਨਾਂ ਨੇ ਭੇਜਤਾ ਬਣਾ ਕੇ ਮੈਨੂੰ। ਥੈਂਕ ਯੂ ਯਾਰ ਹਰਿੰਦਰ ਬਾਈ ਅਤੇ ਆਪਣਾ ਸਿੰਘ ਬੋਏ ਗੇਮਿੰਗ ਦਾ ਵੀਰੇ, ਬਹੁਤ ਬਹੁਤ ਧੰਨਵਾਦ। ਅਤੇ ਹੁਣ ਮੁੰਡੇ ਜਿਹੜਾ ਆਪਾਂ ਟਰੈਕਟਰ ਲੈਣ ਚੱਲੇ ਹਾਂ ਨਾ, ਮੈਂ ਕਿਹਾ ਉਹ ਦੇਖਿਓ ਉਹ ਤੁਹਾਡੀ ਨੂੰ ਟਰੈਕਟਰ ਪਲਟ ਗਿਆ ਬਾਈ 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 ਬਾਈ, ਕੁਛ ਨਹੀਂ ਹੋਇਆ ਬਾਈ, ਕੁਛ ਨਹੀਂ ਹੋਇਆ ਮੁੰਡਾ, ਕੁਛ ਨਹੀਂ ਹੋਇਆ ਯਾਰ ਅਤੇ ਲਓ ਯਾਰ ਉਹ ਮਤਲਬ ਕਹਿੰਦੇ ਮੈਨੂੰ ਲੱਗਦਾ ਪਹਾੜ 'ਤੇ ਚੜ੍ਹਨਾ ਮੁੰਡੇ ਸੌਖਾ ਗਾ, ਪਰ ਉਤਰਨਾ ਨਾ ਔਖਾ ਗਾ ਮੈਨੂੰ ਲੱਗਦਾ ਹੁਣ।
ਕਿਉਂਕਿ ਬ੍ਰੇਕ ਬਰੂਕ ਜੇ ਬਾਈ ਨਾ ਲੱਗੇ ਨਾ, ਇੱਕ ਚੀਤਾ ਹੋਰ ਮਾਰਤਾ ਬੱਲੇ, ਡਰਾਈਵਰ ਜੱਟ ਨਹੀਂ ਰੀਸਾਂ ਤੇਰੀਆਂ, ਅੱਜ ਤੈਨੂੰ ਸਾਰੇ ਖੂਨ ਮਾਫ ਆ ਬਾਈ, ਕਿਉਂਕਿ ਅੱਜ ਤੂੰ ਸੋਹਣਾ ਹੀ ਬਹੁਤ ਲੱਗੀ ਜਾਣ ਡਿਆ। ਅਰੇ ਬਾਈ 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 ਬਾਈ, ਇਹਨੂੰ ਕਹਿੰਦੇ ਬਾਈ ਸ਼ੋਰਟਕੱਟ, ਟਰੈਕਟਰ ਨਾ ਸਾਡਾ ਬਾਈ ਖਰਾਬ ਹੋ ਜੇ, ਹੋਰ ਤਾਂ ਬਾਕੀ ਸਾਰਾ ਕੁਝ ਸਹੀ ਆ, ਕਿਉਂਕਿ ਅਸੀਂ ਬਾਈ ਟਰਾਲੀ ਲੈ ਕੇ ਜਾਣੀ ਆ, ਟਰੈਕਟਰ ਲੈ ਕੇ ਆਉਣਾ ਸੱਚ ਨਵਾਂ ਅਸੀਂ ਬਾਈ ਤੁਹਾਡੀ ਨੂੰ। ਕਿੱਧਰ ਫਸ ਗਿਆ ਯਾਰ, ਕਿੱਧਰ ਫਸ ਗਿਆ ਮੇਰਾ ਬਾਈ, ਕਿੱਧਰ ਫਸ ਗਿਆ। ਲਓ ਬਾਈ ਮੈਂ ਸੜਕ 'ਤੇ ਪਾਉਂਦਾ ਇਹਨੂੰ ਅਤੇ ਫਿਰ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ। ਅਤੇ ਲਓ ਬਾਈ ਹੁਣ ਆਪਾਂ ਜਾਂਦੇ ਪਏ ਹਾਂ ਸਿੱਧਾ ਹਵੇਲੀ 'ਚ। ਕਿਹੜੀ ਹਵੇਲੀ 'ਚ? ਸਿੱਧੂ ਮੂਸੇਵਾਲੇ ਬਾਈ ਦੀ ਹਵੇਲੀ 'ਚ, ਕਿਉਂਕਿ 9/11 ਤਾਂ ਬਾਈ ਬਾਈ ਦਾ ਹੀ ਆ ਤੁਹਾਨੂੰ ਪਤਾ। ਅਤੇ ਉਹ ਬਾਈ ਨੇ ਜਿਹਨੇ ਮੈਨੂੰ ਆ ਮੋਡੀਫਾਈ ਕਰਕੇ ਭੇਜਿਆ ਸਪੈਸ਼ਲ ਆਪਣੇ ਲਈ, ਅਤੇ ਉਹ ਬਾਈ ਕਹਿੰਦਾ ਮੈਂ ਸਿੱਧੂ ਬਾਈ ਦੀ ਹਵੇਲੀ ਕੋਲ ਬਾਈ ਲਾ ਦੇਣੀ ਆ ਟਰਾਲੀ, ਮਤਲਬ ਉੱਥੇ ਤੇਰਾ ਸਾਰਾ ਜਗਾੜਮੈਂਟ ਖੜ੍ਹਾ ਹੋਣਾ, ਅਤੇ ਉੱਥੋਂ ਮੇਰਾ ਬਾਈ ਚੱਕ ਲਈ। ਅਤੇ ਹੁਣ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਬਾਈ ਸੱਜੇ ਪਾਸੇ ਆਪਣੇ ਖੇਤ ਆ, ਅਤੇ ਆ ਟਰੈਕਟਰ ਦੀ ਸਪੀਡ ਬਾਈ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ 115 'ਤੇ। ਤੁਹਾਨੂੰ ਪਤਾ ਨੋਰਮਲ ਟਰੈਕਟਰ ਇੰਨੇ ਨਹੀਂ ਭੱਜਦੇ ਹੁੰਦੇ, ਪਰ ਇਹ ਕਹਿੰਦੇ ਬਾਹਰਲਾ ਟਰੈਕਟਰ ਆ ਬਾਈ ਏਸੀ ਵਾਲਾ। ਹੁਣ ਦੇਖੋ ਬੁੱਕਦਾ ਪਿਆ ਨਾ ਬਾਈ, ਨਹੀਂ ਰੀਸਾ। ਚਲੋ ਮੈਂ ਬਾਈ ਹੁਣ ਮੂਸੇ ਵਾਲੇ ਬਾਈ ਦੀ ਹਵੇਲੀ 'ਚ ਜਾ ਕੇ ਤੁਹਾਨੂੰ ਸਿੱਧਾ ਮਿਲਦਾ ਉੱਥੇ, ਅਤੇ ਉੱਥੋਂ ਚੱਕਦੇ ਹਾਂ, ਦੇਖਦੇ ਹਾਂ ਨਾਲੇ ਕਿਹੜਾ ਟਰੈਕਟਰ ਮੋਡੀਫਾਈ ਕੀਤਾ ਕੀ ਨਹੀਂ, ਅਤੇ ਉੱਥੇ ਆ ਕੇ ਬਾਈ ਤੁਹਾਨੂੰ ਦੱਸਦੇ ਹਾਂ। ਅਤੇ ਲਓ ਮੇਰੇ ਵੀਰਿਓ ਜਿੱਦਾਂ ਤੁਸੀਂ ਦੇਖ ਸਕਦੇ ਹਾਂ ਆਪਾਂ ਬਾਈ ਦੇ ਫਾਰਮ 'ਚ ਪਹੁੰਚ ਚੁੱਕੇ ਹਾਂ, ਅਤੇ ਇੱਧਰ ਵੇਖੋ ਗਾਵਾਂ ਗੂਵਾਂ ਮੱਝਾਂ ਮੁੱਝਾਂ ਫਿਰਦੀਆਂ, ਪਰ ਜਿਹੜਾ ਪਿੰਡ ਦਾ ਮਕੈਨਿਕ ਆ ਉਹ ਉੱਥੇ ਲਾਈ ਆ ਬਾਈ ਨੇ ਆਪਣੀ ਟਰਾਲੀ 'ਤੇ ਟਰੈਕਟਰ ਮੋਡੀਫਾਈ ਕਰਕੇ ਖੜਾਇਆ ਗਾ, ਅਤੇ ਉਹ ਤੁਹਾਨੂੰ ਮੈਂ ਦਿਖਾਉਂਦਾ ਗਾ ਹੁਣ। ਪਰ ਆਹ ਦੇਖੋ ਬਾਈ ਇੱਧਰ ਫਾਰਮ ਫੂਰਮ, ਓਏ ਹੋਏ 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 ਹੋਏ, ਇੱਥੇ ਹੀ ਲੱਗਦਾ, ਕਿਉਂਕਿ ਬਾਈ ਪਿਛਲੀ ਵਾਰੀ ਵੀ ਆਪਾਂ ਇੱਕ ਟਰੈਕਟਰ ਇੱਥੋਂ ਹੀ ਲੈ ਕੇ ਆਉਂਦਾ ਸੀ, ਜੇ ਤੁਹਾਨੂੰ ਯਾਦ ਹੋਊਗਾ ਆਪਣਾ 9/11 ਜਾਂ ਕੋਈ ਵੀ ਟਰੈਕਟਰ ਆਪਾਂ ਮੋਡੀਫਾਈ ਕੀਤਾ ਸੀ, ਉਹ ਬਾਈ ਨੇ ਆਹ ਮਕੈਨਿਕ ਨੂੰ ਦਿੱਤਾ ਸੀ। ਇੱਥੇ ਮੈਨੂੰ ਉੱਤਰ ਕੇ ਦੇਖਣਾ ਪੈਣਾ, ਚਲੋ ਮੈਂ ਦੇਖਦਾ ਬਾਈ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ। ਚਲੋ ਬਾਈ ਡਰੈਸ ਤਾਂ ਬਾਈ ਨੇ ਇਹੀ ਦਿੱਤਾ ਸੀ, ਕਹਿੰਦਾ ਗੈਰਜ ਦੇ ਕੋਲ ਖੜ੍ਹਾ, ਬੱਲੇ 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 ਮੁੰਡਿਓ। ਐਡਰੈਸ ਵੀ ਸਹੀ ਆ ਅਤੇ ਆ ਟਰੈਕਟਰ ਆ, ਅਤੇ ਬਾਈ ਕੀ ਆ ਤੁਹਾਡੀ ਨੂੰ ਬਾਈ, ਇਹ ਕੌਣ ਮਾਰਿਆ ਪਿਆ? ਮੈਨੂੰ ਲੱਗਦਾ ਕੋਈ ਮਾਰ ਗਿਆ ਇਹਨੂੰ। ਉਹ ਮੁੰਡਿਓ ਆਹ ਚੈੱਕ ਕਰਿਓ ਮੇਰੇ ਬਾਈ, ਚੈੱਕ ਕਰਿਓ ਆਪਣਾ 9/11, ਉਹ ਤੁਹਾਡੀ ਨੂੰ ਅੱਗੇ ਬਰਾੜ ਟੀਵੀ ਵੀ ਲਿਖਾਇਆ ਬਾਈ। ਓਏ ਮੁੰਡਿਓ ਦੱਸੋ, ਓਏ ਇਹੋ ਜਿਹਾ 9/11 ਦੇਖਿਆ ਗਾ ਜੀ ਕਿਸੇ ਨੇ? ਹਾਏ 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 ਮੁੰਡਿਓ ਕੀ ਕਹੀਏ ਬਾਈ, ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਹਾਂ। ਡਰਾਈਵਰਾ ਤੂੰ ਤਾਂ ਸਿੱਧਾ ਹੋ ਜਾ ਮਾਮਾ ਹੀਰ ਦਾ ਬਾਈ ਯਾਰ, ਹਾਈ ਲੈਵਲ ਜਿਹੜਾ ਹੁੰਦਾ ਨਹੀਂ ਕੰਮ, ਇਹ ਹਾਈ ਲੈਵਲ ਤੋਂ ਵੀ ਬਾਈ ਉੱਪਰ ਆ ਕੰਮ, ਜੇ ਤੁਸੀਂ ਦੇਖ ਸਕਦੇ ਆ ਮੁੰਡੇ ਨੇ ਬੰਪਰ 'ਤੇ ਬਾਈ ਆਪਣਾ ਸਪੈਸ਼ਲ ਬਰਾੜ ਟੀਵੀ ਲਿਖਾ ਕੇ ਭੇਜਿਆ ਬਾਈ ਨੇ, AK-47 ਨਾਲ, ਅਤੇ ਮੂਹਰੇ ਆ ਜਿਹੜੀ ਚੈਨ ਜੀ ਲਾਈ ਆ ਬਾਈ, ਅਤੇ ਆਹ ਜਿਹੜੇ ਰੈਮ ਆ ਪਿੱਛੇ ਤੁਸੀਂ ਦੇਖ ਸਕਦੇ ਆ ਪੀਲੇ ਜੇ, ਅਤੇ ਸਪੀਕਰ ਚੈੱਕ ਕਰੋ, ਅਤੇ ਹੈਸ਼ਟੈਗ ਜੱਟ ਲਾਈਫ। ਹੋਏ ਹੋਏ ਹੋ ਬਾਈ ਯਾਰ, ਚਲਾਈਏ ਮਾੜਾ ਕੁ, ਅਤੇ ਟਰਾਲੀ ਵੀ ਬਾਈ ਉੱਧਰ ਖੜ੍ਹੀ, ਆਪਾਂ ਟਰਾਲੀ 'ਤੇ ਹੀ ਲੈ ਕੇ ਜਾਵਾਂਗੇ, ਅਤੇ ਚਲਾ ਕੇ ਲੈ ਕੇ ਚੱਲੀਏ। ਓਹੋ ਸਟੀਅਰਿੰਗ ਵੀ ਚੈੱਕ ਕਰੋ ਬਾਈ, ਸ਼ੀਸ਼ਾ ਚੈੱਕ ਕਰਿਓ ਮਾੜਾ। ਅਰੇ ਬਾਈ 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 ਗਾਈਸ, ਮੈਂ ਕੀ ਕਹਾਂ ਬਾਈ, ਕੀ ਕਹਾਂ ਬਾਈ, ਦੁਨੀਆ ਐਂਡ। ਤੁਸੀਂ ਦੱਸੋ ਬਾਈ ਆਪਾਂ ਇਹਨੂੰ ਚਲਾ ਕੇ ਲੈ ਕੇ ਜਾਈਏ? ਸਟਾਰਟ ਹੀ ਸੀ, ਲਾਈਟਾਂ ਵੀ ਜਾਗਦੀਆਂ ਮੁੰਡੇ ਓਏ। ਬਾਈ ਇਹਨੂੰ ਚਲਾ ਕੇ ਲੈ ਕੇ ਜਾਈਏ ਕਿ ਟਰਾਲੀ 'ਤੇ ਲੈ ਕੇ ਜਾਈਏ, ਮੈਨੂੰ ਆਹ ਦੱਸੋ, ਕਿਉਂਕਿ ਮੇਰਾ ਤਾਂ ਦਿਲ ਕਰਦਾ ਮੈਂ ਇਹਨੂੰ ਚਲਾ ਕੇ ਲੈ ਕੇ ਜਾਵਾਂ। ਪਤਾ ਕਿਉਂ? ਕਿਉਂਕਿ ਬਾਈ ਨੇ ਕਿਹਾ ਬਾਈ ਇਹ 'ਚ ਸਪੈਸ਼ਲ ਆਪਾਂ ਹੈਪੀ ਮੱਲਾ ਵਾਲੀ ਉਹ ਪਾਈ ਆ। ਪਤਾ ਕੀ, ਇਹਦਾ ਚੈੱਕ ਕਰਿਓ ਮੇਰਾ ਬਾਈ ਹੁਣ ਤੁਸੀਂ, ਇਹ ਟਰੈਕਟਰ ਜਿੱਦਾਂ ਅੱਡਾ ਚੁਕਾਉਂਦਾ ਨਾ ਬਾਈ,
ਤੁਹਾਨੂੰ ਹੈਪੀ ਮੱਲਾ ਵਾਲੇ ਦੀ ਯਾਦ ਆਜੂਗੀ ਦੇਖਿਓ ਤੁਸੀਂ ਮਾੜਾ ਰੋਜ਼ ਖੁੱਲ੍ਹੇ 'ਚ ਬਾਈ ਟਰੈਕਟਰ ਹੀ ਲੈ ਕੇ ਜਾਂਦੇ ਹਾਂ ਆਪਾਂ, ਉਹ ਵੱਡਾ ਟਰੈਕਟਰ ਆਪਾਂ ਟਰਾਲੀ ਟਰੂਲੀ ਪਿੱਛੇ ਨਹੀਂ ਲੈ ਕੇ ਜਾਣਾ, ਮੈਂ ਤਾਂ ਬਾਈ ਇੱਦਾਂ ਹੀ ਲੈ ਕੇ ਜਾਊਂਗਾ ਇਹਨੂੰ ਕਿਉਂਕਿ ਮੇਰਾ ਦਿਲ ਕਰਦਾ ਬਾਈ ਚਲਾਉਣ ਨੂੰ ਆਪਣਾ ਝੋਟਾ। ਅਤੇ ਇਹ 'ਚ ਜਿਹੜੀ ਸਪੈਸ਼ਲ ਅਬਿਲਿਟੀ ਆ ਬਾਈ ਉਹ ਤੁਹਾਨੂੰ ਦਿਖਾਉਂਦੇ ਹਾਂ, ਆਹ ਚੈੱਕ ਕਰਿਓ ਮੇਰੇ ਬਾਈ, ਕਿਉਂਕਿ ਟਰੈਕਟਰਾਂ ਦੇ ਅੱਡੇ ਚੱਕਦੇ ਤਾਂ ਬਾਈ ਤੁਸੀਂ ਬਹੁਤ ਵਾਰੀ ਦੇਖੇ ਆ ਪਰ ਇੱਦਾਂ ਤਾਂ ਨਹੀਂ ਦੇਖਿਆ ਹੋਣਾ। ਇੱਧਰ ਦੇਖਿਓ ਮਾੜੇ, ਓਏ ਹੋਏ ਹੋਏ ਓਏ ਬਾਈ ਓਏ, ਖੇਤਾਂ 'ਚ ਹੋ ਰਿਹਾ ਖੇਤ ਨਾ, ਇੱਥੇ ਚੁਕਾ ਕੇ ਦਿਖਾਉਂਦਾ ਬਾਈ ਤੁਹਾਨੂੰ ਪੂਰੀ, ਤੁਹਾਨੂੰ ਮੈਂ ਦੱਸਦਾ ਹੈਪੀ ਮੱਲਾ ਵਾਲੇ ਬਾਈ ਵਾਂਗੂ। ਹੈਪੀ ਮੱਲਾ ਵਾਲੇ ਨੂੰ ਤਾਂ ਬਾਈ ਤੁਸੀਂ ਜਾਣਦੇ ਹੀ ਆ, ਜਿਹੜਾ 855 ਨੂੰ ਚੁਕਾ ਦਿੰਦਾ ਹੁੰਦਾ ਬਾਈ, ਅਤੇ ਹੁਣ ਉਹੀ ਆਉਣਾ ਹੋਣਾ, ਚੈੱਕ ਕਰਿਓ ਮੇਰੇ ਬਾਈ ਇੱਥੇ ਰੁਕਿਓ ਹੈ ਬੋਲੇ ਸੋਹਣੇ ਹਾਲ। ਅਰੇ ਮਾਸ਼ਾਅੱਲਾ ਮਾਸ਼ਾਅੱਲਾ, ਉਹ ਬਾਈ 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 ਰੁਕ ਮੁੰਡਿਓ, ਦੱਸੋ ਯਾਰ ਮੈਂ ਕੀ ਕਮਾਂ ਹੁਣ ਤੁਹਾਨੂੰ ਦੱਸੋ ਬਾਈ, ਅੱਡਾ ਵੀ ਬਹੁਤ ਸੋਹਣਾ ਚੁਕਾਉਂਦਾ ਟਰੈਕਟਰ, ਅਤੇ ਹੁਣ ਤੁਸੀਂ ਦੱਸਣਾ ਬਾਈ ਕਮੈਂਟ ਕਰਕੇ ਅਤੇ ਲਾਈਕ ਕਰਕੇ ਆਪਣੀ। ਅਰੇ ਬਾਈ 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 ਰੁਕ ਜਾ ਡਰਾਈਵਰ, ਝਾਟਣਾ ਥੱਲੇ ਦੇ ਦਿੱਤੀ ਹੋ ਬਾਈ ਮੁੰਡਿਓ, ਦੱਸੋ ਯਾਰ ਬਾਈ ਕੀ ਕਹਿਣੇ ਤੁਹਾਡੇ, ਦੱਸੋ ਯਾਰ ਮੈਨੂੰ ਕੀ ਕਹੋਗੇ ਤੁਸੀਂ ਆਪਣੇ ਆਹ ਟਰੈਕਟਰ ਨੂੰ ਬਾਈ, ਕੀ ਕਹੋਗੇ ਤੁਸੀਂ ਦੱਸੋ ਯਾਰ। ਬਾਈ ਯਾਰ ਮੇਰਾ ਤਾਂ ਦਿਲ ਕਰਦਾ ਬਾਈ ਮੈਂ ਉਤਰਾਂ ਹੀ ਨਾ ਟਰੈਕਟਰ 'ਚੋਂ, ਪਰ ਇਹ ਟਰੈਕਟਰ ਨੂੰ ਆਪਾਂ ਬਾਈ ਆਪਣੇ ਸ਼ੋਰੂਮ 'ਚ ਲੈ ਕੇ ਜਾਣਾ ਪਬਲਿਸਿਟੀ ਲਈ, ਤੁਹਾਨੂੰ ਵੀ ਪਤਾ ਕਿਉਂਕਿ ਨਾਟ ਗਿਆਰੇ ਆਪਣੇ ਕੋਲ ਪਹਿਲਾਂ ਵੀ ਆਏ ਸੀ ਪਰ ਆਹ ਬਾਈ ਨੇ ਸਪੈਸ਼ਲ ਆਪਣੇ ਲਈ ਮੋਡੀਫਾਈ ਕਰਕੇ ਦਿੱਤਾ। ਅਤੇ ਆਹ ਜਿੱਦਾਂ ਅੱਡਾ ਚੁੱਕਦਾ ਨਾ ਮੇਰਾ ਦਿਲ ਕਰਦਾ ਬਾਈ। ਅਰੇ ਬਾਈ 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 ਰੁਕਿਓ ਗਾਈਸ, ਮਾਸ਼ਾਅੱਲਾ ਬਾਈ ਮੇਰੇ ਕੋਲ ਹੈ ਨਹੀਂ ਕੋਈ ਲਫ਼ਜ਼ ਕੀ ਕਮਾਂ ਯਾਰ ਬਾਈ। ਅਤੇ ਲਓ ਗਾਈਸ ਇਹ ਸੀ ਅੱਜ ਦਾ ਆਪਣਾ 855, ਪਰ ਹਜੇ ਮੁੱਕਿਆ ਨਹੀਂ, ਇਹਦੀ ਇੱਕ ਹਜੇ ਖਾਸੀਅਤ ਮੈਂ ਤੁਹਾਨੂੰ ਹੋਰ ਦਿਖਾਉਣੀ ਆ, ਉਹ ਬਾਈ ਉਦੋਂ ਦਿਖਾਊਂਗਾ ਜਦੋਂ ਰਾਤ ਜੀ ਹੋ ਗਈ, ਕਿਉਂਕਿ ਰਾਤ ਨੂੰ ਇਹ ਬਾਈ ਟਰੈਕਟਰ ਆ ਜਿਹੜਾ ਇਹ ਅੱਗ ਛੱਡਦਾ ਮੇਰੇ ਵੀਰੇ, ਉਹ ਅੱਗ ਅੱਗ ਦਾ ਮਤਲਬ ਇਹਦੇ ਜਿਹੜੇ ਆ ਸਲੈਂਸਰ ਲੱਗੇ ਆ ਪਿੱਛੇ ਐਡੇ ਐਡੇ ਵੱਡੇ ਬਾਈ, ਇਹਨਾਂ 'ਚੋਂ ਜਿਹੜਾ ਰੰਗ ਬਿਰੰਗਾ ਧੂੰਆਂ ਨਿਕਲਦਾ ਉਹ ਤੁਹਾਡੀ ਬਾਈ ਇੱਦਾਂ ਹੀ ਚੱਕਾਂਗੇ ਬਾਈ। ਇਹਦੇ ਜਿਹੜੇ ਸਲੈਂਸਰ ਲੱਗਿਆ ਨਾ ਇਹਨਾਂ 'ਚੋਂ ਰਾਤ ਨੂੰ ਰੰਗ ਬਿਰੰਗਾ ਧੂੰਆਂ ਨਿਕਲਦਾ, ਅਤੇ ਆਹ ਲਾਈਟਾਂ ਤੁਹਾਨੂੰ ਇਹ ਮੈਂ ਰਾਤ ਨੂੰ ਹੀ ਦਿਖਾਊਂਗਾ, ਪਰ ਉਸ ਤੋਂ ਪਹਿਲਾਂ ਇੱਕ ਵਾਰੀ ਫਿਰ ਹੋ ਜੇ ਬਾਈ, ਇੱਕ ਵਾਰੀ ਫਿਰ ਹੋ ਜੇ। ਓਏ ਹੋਏ 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 ਓ ਪੀ ਬਾਈ ਓ ਪੀ ਯਾਰ, ਰੁਕ ਜਾਓ ਰੁਕ ਜਾਓ ਰੁਕ ਜਾਓ, ਬਾਏ ਹੁਣ ਦੇਖਿਓ ਬਾਈ ਰੁਕ ਜਾ ਰੁਕ ਜਾ, ਆਏ ਹਾਏ ਹਾਏ ਖੜਾ ਹੀ ਚੁਕਾਈ ਜਾਂਦਾ ਸਿਰਾ ਬਾਈ ਯਾਰ, ਸਿਰਾ ਯਾਰ ਮੈਂ ਕੀ ਕਮਾਂ ਬਾਈ ਯਾਰ ਕੀ ਕਮਾਂ ਮੁੰਡਿਓ ਯਾਰ। ਬਾਈ ਐਂਡ ਕਰਾਤੀ ਬਾਈ, ਹੁਣ ਮੈਨੂੰ ਨਾ ਇਹਨੂੰ ਜਲਦੀ ਜਲਦੀ ਮੈਂ ਲੈ ਕੇ ਜਾਵਾਂ ਆਪਣੇ ਸ਼ੋਰੂਮ ਕੋਲ, ਅਤੇ ਸ਼ੋਰੂਮ 'ਚ ਜਾ ਕੇ ਬਾਈ ਫਿਰ ਤੁਹਾਨੂੰ ਉੱਥੇ ਰਾਤ ਹੋ ਜਾਣੀ ਆ ਆਪਣੀ, ਫਿਰ ਮੈਂ ਤੁਹਾਨੂੰ ਆ ਟਰੈਕਟਰ ਦੀਆਂ ਲਾਈਟਾਂ ਵੀ ਦਿਖਾਉਂਦਾ ਬਾਈ, ਕਿਹੜੀਆਂ ਕਿਹੜੀਆਂ ਲਾਈਟਾਂ ਆਪਾਂ ਕਿੱਥੇ ਕਿੱਥੇ ਲਵਾਈਆਂ। ਅਤੇ ਉਦੋਂ ਪਹਿਲਾਂ ਜਿੰਨੇ ਵੀ ਮੇਰੇ ਬਾਈ ਆਏ ਆ ਦੇਖਣ ਬਾਈ ਆਪਣੇ ਟਰੈਕਟਰ ਲਈ ਅਤੇ ਬਾਈ ਦੀ ਕਲਾਕਾਰੀ ਲਈ ਜ਼ਰੂਰ ਲਾਈਕ ਕਰਿਓ, ਅਤੇ ਬਾਈ ਦਾ ਜਿਹਨੇ ਟਰੈਕਟਰ ਬਣਾ ਕੇ ਦਿੱਤਾ ਉਹ ਤੁਹਾਡੀ ਨੂੰ ਆਤੀ ਕਰਾਤੀ ਬਾਈ ਨੇ ਬਾਈ, ਸੋਹਣਾ ਮੋਡੀਫਾਈ ਕੀਤਾ ਬਾਈ। ਅਤੇ ਹੁਣ ਮੈਂ ਜ਼ਿਆਦਾ ਟਾਈਮ ਨਹੀਂ ਖਰਾਬ ਕਰਨਾ ਗਾਈਸ, ਤੈਨੂੰ ਸ਼ੋਰੂਮ 'ਚ ਲੈ ਕੇ ਜਾਂਦੇ ਹਾਂ, ਪਰ ਪਲੈਨਿੰਗ ਕੀ ਸੀ ਬਾਈ ਆਪਣੀ, ਪਰ ਟਰੈਕਟਰ ਮੈਨੂੰ ਇੰਨਾ ਸੋਹਣਾ ਲੱਗਿਆ ਤੋਰ ਕੇ ਹੀ ਲੈ ਜਾਣਾ ਬਾਈ ਇਹਨੂੰ ਆਪਾਂ ਬਰੋਲਾ। ਅਤੇ ਲਓ ਮੇਰੇ ਵੀਰੋ ਫਾਈਨਲੀ ਆਪਾਂ ਸ਼ਾਮ ਹੋ ਗਈ ਆ, ਬੱਦਲਬਾਈ ਹੋ ਚੁੱਕੇ ਆ, ਪਰ ਸੂਰਜ ਛਿਪਦਾ ਪਿਆ, ਅਤੇ ਆਪਾਂ ਆਪਣਾ 911 ਮੁੰਡਿਓ ਆਪਣੇ ਸ਼ੋਰੂਮ 'ਚ ਲਿਆਂਦਾ, ਪਰ ਮੈਨੂੰ ਨਹੀਂ ਲੱਗਦਾ ਬਾਈ ਇਹ ਆਪਣੇ ਸ਼ੋਰੂਮ 'ਚ ਵੜੂਗਾ, ਕਿਉਂਕਿ ਮਾੜਾ ਜਿਹਾ ਚੈੱਕ ਕਰੋ ਇਹ ਹਾਈਟ, ਚੈੱਕ ਕਰੋ ਬਾਈ ਆਪਣੇ ਟਰੈਕਟਰ ਦੀ। ਅਰੇ ਅਰੇ ਬਾਈ 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 ਇਹਨੇ ਵੜਨਾ ਨਹੀਂ ਮੁੰਡਿਓ, ਇਹ ਤਾਂ ਆਪਾਂ ਬਾਈ ਹਜੇ ਆਪਣੀ ਪਬਲਿਸਿਟੀ ਲਈ ਇਹਨੂੰ ਲਿਆਂਦਾ ਹੈਗਾ ਕਿ ਆਪਣੇ ਸ਼ੋਰੂਮ ਦੀ ਪਬਲਿਸਿਟੀ ਜੀ ਵੱਧ ਜੇ, ਕਿਉਂਕਿ ਮੈਂ ਕਿਹਾ ਸਿਰਾ ਗੱਲਬਾਤ ਆ ਮੇਰੇ ਵੀਰੇ ਉਹ ਸਿਰਾ ਗੱਲਬਾਤ, ਇਹਨੂੰ ਇੱਥੇ ਲਾਉਂਦੇ ਹਾਂ ਬਾਈ
ਅਤੇ ਇੱਕ ਵਾਰੀ ਫਿਰ ਤੁਹਾਨੂੰ ਮੈਂ ਟਰੈਕਟਰ ਦਿਖਾ ਦਾਂ ਜਿਹਨੇ ਨਹੀਂ ਦੇਖਿਆ। ਅਤੇ ਕਿੰਨਿਆਂ 'ਚੋਂ ਕਿੰਨੇ ਨੰਬਰ ਦੇਵੋਗੇ ਮੇਰੇ ਵੀਰੋ, ਕਿੰਨਿਆਂ 'ਚੋਂ ਕਿੰਨੇ ਨੰਬਰ ਦੇਵੋਗੇ ਆਪਣੇ ਆ ਟਰੈਕਟਰ ਲਈ। ਅਤੇ ਆਹ ਸੀ ਬਈ ਅੱਜ ਦਾ ਆਪਣਾ ਐਪੀਸੋਡ, ਅਤੇ ਹਜੇ ਹੋਰ ਵੀ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਆਉਂਦੀਆਂ ਪਈਆਂ, ਆਉਣ ਦਾ ਵੇ ਆ ਗਾਈਸ। ਜੇ ਆਹ ਵੀਡੀਓ ਵਧੀਆ ਲੱਗੀ ਤੁਹਾਨੂੰ ਮੇਰੇ ਬਾਈ ਲਾਈਕ ਜ਼ਰੂਰ ਕਰ ਦਿਓ, ਅਤੇ ਲਓ ਬਈ ਮੁੰਡਾ ਮਿਲਦੇ ਆ ਤੁਹਾਨੂੰ ਅਗਲੇ ਐਪੀਸੋਡ ਵਿੱਚ। ਅਤੇ ਡਰਾਈਵਰ ਜੱਟ ਆਪਣਾ ਬਾਈ ਹੁਣ ਕਰੂਗਾ ਰੈਸਟ ਇੱਥੇ, ਅਤੇ ਮੈਂ ਫਰੈਂਕਲੀ ਜੱਟ ਕੋਲ ਵੀ ਜਾਣਾ ਬਾਈ, ਅਤੇ ਹਜੇ ਹੋਰ ਵੀ ਕਈ ਚੀਜ਼ਾਂ ਆਉਣੀਆਂ। ਅਤੇ ਤੁਸੀਂ ਆਪਣਾ ਧਿਆਨ ਰੱਖਿਓ ਬਾਈ, ਅਤੇ ਲਾਈਕ ਜ਼ਰੂਰ ਕਰ ਦਿਓ ਮੇਰੇ ਬਾਈ, ਜੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ। ਰੱਬ ਰਾਖਾ ਯਾਰ।